ਪੰਜਾਬ ਵਿੱਚ ਫੈਲੇ ਡੇਂਗੂ ਵਰਗੀ ਘਾਤਕ ਬਿਮਾਰੀ ਨੇ ਲੋਕਾਂ ਦੇ ਸਾਹ ਸੁੱਕਣੇ ਪਾ ਦਿੱਤੇ ਨੇ। ਜਦ ਇਹ ਡੇਂਗੂ ਮੱਛਰ ਦਸਤਕ ਦਿੰਦਾ ਤਾਂ ਇਹ ਨਜ਼ਰ ਨਹੀਂ ਕਿ ਕਈ ਜਾਨਾਂ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਤਰਨ ਤਾਰਨ ਦੇ ਮੁਹੱਲਾ ਗੁਰੂ ਕਾ ਖੂਹ ਵਿਖੇ, ਜਿੱਥੇ ਇੱਕ 28 ਸਾਲਾ ਨੌਜਵਾਨ ਦੀ ਡੇਂਗੂ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉੱਧਰ ਡਾਕਟਰ ਨੇ ਕਿਹਾ ਕਿ ਹੁਣ ਤੱਕ ਸਿਵਲ ਹਸਪਤਾਲ ਦੇ ਵਿੱਚ ਡੇਂਗੂ ਬੁਖਾਰ ਦੇ ਕਰੀਬ 70 ਮਰੀਜ਼ ਪਾਏ ਗਏ ਨੇ, ਜਿਨ੍ਹਾਂ ਦਾ ਇਲਾਜ ਜਾਰੀ ਹੈ ਅਤੇ ਡੇਂਗੂ ਵਾਰਡ ਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਮੇਰੇ ਵੱਡੇ ਬ੍ਰਦਰ ਦਾ ਨਾਮ ਨਵਜੋਤ ਕੁਮਾਰ, ਜਿਨ੍ਹਾਂ ਦੀ ਕੱਲ੍ਹ ਜਿਨ੍ਹਾਂ ਨੂੰ ਡੇਂਗੂ ਸੀ, 2-3 ਦਿਨਾਂ ਤੋਂ ਆਪਣਾ ਇਲਾਜ ਕਰਾ ਰਹੇ ਸੀ ਅਤੇ ਅਚਾਨਕ ਹੀ ਮਤਲਬ ਉਹਨਾਂ ਦਾ ਬੁਖਾਰ ਇੱਕਦਮ ਵੱਧ ਗਿਆ ਅਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਡੈਥ ਹੋ ਗਈ। ਵੇਖਣ ਜਾਈਏ, ਪੰਜਾਬ ਸਰਕਾਰ ਨੇ ਇੱਕ ਬੀਮੇ ਵਾਲੇ ਕਾਰਡ ਚਲਾਏ ਆ, ਉਹਦਾ ਕੁਝ ਤੁਹਾਨੂੰ ਕੋਈ ਲਾਭ ਮਿਲਿਆ? ਭਾਅ ਜੀ, ਕਹਿਣ ਤਾਂ ਦੇ ਅਸੀਂ ਜਦੋਂ ਗਏ ਹੋਸਪਿਟਲ 'ਤੇ, ਉੱਥੇ ਜਾ ਕੇ ਕਹਿੰਦੇ ਵੀ ਹਾਲੇ ਨਹੀਂ ਸ਼ੁਰੂ ਹੋਏ, ਵੀ ਹਾਲੇ ਮਤਲਬ ਥੋੜ੍ਹੇ ਕੁ ਦਿਨ ਲੱਗ ਜਾਣੇ ਆ, ਜੇ ਉਹ ਮਤਲਬ ਉਹਨਾਂ ਨੇ ਉਸ ਬਾਰੇ ਕੋਈ ਗੱਲ ਨਹੀਂ ਕੀਤੀ। ਸਾਡੇ ਲਗਭਗ ਘੱਟੋ ਘੱਟ 6-7 ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਡੇਂਗੂ ਹੋ ਚੁੱਕਾ ਹੋਇਆ ਪਿਆ ਉਹ ਗਲੀ ਦੇ ਵਿੱਚ ਇਸ ਟਾਈਮ, ਜਿਨ੍ਹਾਂ ਦੇ ਵਿੱਚ ਮੇਰੇ ਵੱਡੇ ਬ੍ਰਦਰ ਵੀ ਸੀ, ਜਿਨ੍ਹਾਂ ਦੀ ਹੁਣ ਡੈਥ ਹੋ ਚੁੱਕੀ ਆ, ਸਾਡੇ ਵਿੱਚ ਨਹੀਂ ਹੈਗੇ। ਮੇਨ ਭਾਅ ਜੀ ਡੇਂਗੂ ਹੀ ਆ ਇਸ ਟਾਈਮ ਫੈਲਿਆ ਬਹੁਤ ਜ਼ਿਆਦਾ, ਜਿਹਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਸ ਟਾਈਮ। ਜਿਹੜੇ ਨਗਰ ਕੌਂਸਲ ਵੱਲੋਂ ਨਾ ਡੇਲੀ ਦੀ ਡੇਲੀ ਫੋਗਿੰਗ ਕਰਵਾਈ ਜਾ ਰਹੀ ਹੈ, ਕਿਉਂਕਿ ਨਗਰ ਕੌਂਸਲ ਕੋਲ ਕੁੱਲ 23 ਵਾਰਡਸ ਹੈਗੇ ਨੇ। ਅਸੀਂ ਇਹਦਾ ਰੋਸਟਰ ਬਣਾ ਦਿੱਤਾ ਕਿ ਡੇਲੀ ਦੀ ਡੇਲੀ 2 ਵਾਰਡਸ ਕਵਰ ਕਰਦੇ ਹਾਂ, ਕਿਉਂਕਿ ਇਹ ਜਿਹੜੀ ਸਪਰੇਅ ਹੁੰਦੀ ਆ ਫੋਗਿੰਗ ਵਾਲੀ, ਇਹ ਸ਼ਾਮ ਦੇ ਟਾਈਮ ਹੁੰਦੀ ਹੈ ਅਤੇ ਡੇਲੀ ਡੇਲੀ 2 ਕਰਕੇ ਤਕਰੀਬਨ 10 ਦਿਨ ਦੇ ਵਿੱਚ ਸਾਰੇ ਸ਼ਹਿਰ ਦੀ ਫੋਗਿੰਗ ਹੋ ਜਾਏਗੀ। 1 ਤਰੀਕ ਤੋਂ ਸਟਾਰਟ ਕਰ ਦਿੱਤਾ ਗਿਆ ਵਾ ਅਤੇ ਇਸ ਵੇਲੇ 10 ਵਾਰਡਾਂ ਨਿਕਲ ਚੁੱਕੀਆਂ ਵਾ ਅਤੇ ਬਾਕੀ ਦੀ ਜਿਹੜੀ 13 ਵਾਰਡਾਂ ਵਿਦਇਨ 6 ਡੇਜ਼ ਸਾਰੀ ਕੰਪਲੀਟ ਹੋ ਜਾਂਦੀ। ਅਤੇ ਜਿੱਥੇ ਵੀ ਕੋਈ ਸਪੈਸ਼ਲ ਆ ਜਾਂਦਾ ਵਾ, ਜਿਸ ਤਰ੍ਹਾਂ ਸਿਹਤ ਵਿਭਾਗ ਟੀਮ ਸਾਨੂੰ ਇੰਟੀਮੇਸ਼ਨ ਦਿੰਦੀ ਕਿ ਇੱਥੇ ਕੋਈ ਲਾਰਵਾ ਫੜਿਆ ਗਿਆ ਵਾ, ਉੱਥੇ ਪਹਿਲਾਂ ਹੀ ਪ੍ਰਾਇਰਟੀ 'ਤੇ ਕਰਵਾ ਦਿੱਤਾ ਜਾਂਦਾ ਵਾ। ਅਤੇ ਤਕਰੀਬਨ ਇਹਨਾਂ ਨਾਲ ਸਾਡਾ ਕੰਟੈਕਟ ਹੈਗਾ ਸਿਹਤ ਵਿਭਾਗ ਦੇ ਨਾਲ, ਜਦੋਂ ਵੀ ਕਿਤੇ ਜਾਂਦੇ ਹਾਂ ਅਸੀਂ ਜੁਆਇੰਟਲੀ ਐਕਸ਼ਨ ਲੈ ਲੈਂਦੇ ਜਿੱਥੇ ਵੀ ਕਿਤੇ ਕੋਈ ਲਾਰਵਾ ਵਗੈਰਾ ਮਿਲ ਜਾਂਦਾ। ਬਾਕੀ ਉੱਤਰਾ ਜਿਹੜਾ ਜਨਰਲੀ ਕਰਵਾਉਣੇ ਆ ਉਹ ਅਸੀਂ 1-2 ਮਹੀਨੇ ਬਾਅਦ ਵੈਸੇ ਵੀ ਕਰਵਾਉਣੇ ਫੋਗਿੰਗ, ਬਟ ਇਹ ਹੁਣ ਰੈਗੂਲਰ ਫੋਗਿੰਗ ਸ਼ੁਰੂ ਹੋ ਗਈ ਹੈ ਅਤੇ ਡੇਲੀ 2 ਵਾਰਡਸ ਅਸੀਂ ਕਵਰ ਕਰਦੇ, ਕਿਉਂਕਿ ਸ਼ਾਮ ਦੇ ਟਾਈਮਿੰਗ ਕੀਤੀ ਜਾਂਦੀ ਹੈ ਅਤੇ ਸ਼ਾਮ ਦੇ ਟਾਈਮ 'ਤੇ 2 ਵਾਰਡਾਂ ਕੀਤੀ ਜਾਂਦੀਆਂ। ਇਸ ਹਿਸਾਬ ਨਾਲ ਅਸੀਂ ਤਕਰੀਬਨ ਵਿਦਇਨ ਵੀਕ ਸਾਰੀ ਵਾਰਡਾਂ ਕਵਰ ਕਰਦੇ ਹਾਂ। ਸਾਡੇ ਕੋਲ ਜਿਹੜੇ 100% ਕਨਫਰਮਡ ਕੇਸਿਸ ਨੇ ਉਹ 78 ਨੇ, ਐਂਡ ਜਿਹੜੇ ਸਸਪੈਕਟਡ ਕੇਸ ਹੈ ਉਹ ਆਲਮੋਸਟ 250 ਦੇ ਆਸ ਪਾਸ ਦੀ ਟੈਸਟ ਇਸ ਲੈਬੋਰਟਰੀ 'ਚ ਕਰ ਚੁੱਕੇ ਹਾਂ। ਅਤੇ ਉਸ ਤੋਂ ਇਲਾਵਾ ਮਤਲਬ ਆਈ ਵੋਂਟ ਸੇ ਵੀ ਇਹ ਕਹਿਰ ਹੈਗਾ, ਕਿਉਂਕਿ ਹਰ ਸਾਲ ਹੀ ਪੇਸ਼ੈਂਟ ਆਉਂਦੇ ਹੀ ਆ, ਐਂਡ ਵੀ ਆਰ ਲੱਕੀ ਇਨਫ ਵੀ ਕੋਈ ਕਨਫਰਮਡ ਡੇਂਗੂ ਡੈਥ ਸਾਡੇ ਜ਼ਿਲ੍ਹੇ 'ਚ ਨਹੀਂ ਹੋਈ। ਅਤੇ ਸਾਡੇ ਕੋਲ ਮਰੀਜ਼ਾਂ ਦੇ ਲਈ ਬਿਲਕੁਲ ਫਰੀ ਟੈਸਟ, ਅਤੇ ਸਾਰੇ ਸਾਡੇ ਸਿਵਲ ਹਸਪਤਾਲ, ਚਾਹੇ ਉਹ ਸਬ ਡਿਵੀਜ਼ਨਲ ਹਸਪਤਾਲ ਨੇ, ਚਾਹੇ ਡਿਸਟ੍ਰਿਕਟ ਲੈਵਲ ਦਾ ਹੋਸਪਿਟਲ ਆ, ਦਵਾਈ ਵਗੈਰਾ ਬਿਲਕੁਲ ਫਰੀ ਆ। ਪ੍ਰੋਪਰ ਮੱਛਰਦਾਨੀਆਂ ਲਗਾ ਕੇ ਅਸੀਂ ਡੇਂਗੂ ਵਾਰਡ ਜਿਹੜੇ ਉਹ ਬਣਾਏ ਗਏ ਆ। ਕੱਲ੍ਹ ਅਸੀਂ ਡੀ ਸੀ ਸਾਹਿਬ ਵੱਲੋਂ ਸਾਨੂੰ ਹਦਾਇਤ ਹੋਈ ਸੀ ਕਿ ਕੋਈ ਕੱਕਾ ਕੰਡਿਆਲਾ ਪਿੰਡ 'ਚ ਕੁਛ ਪੇਸ਼ੈਂਟ ਐਕੀ ਜ਼ਿਆਦਾ ਸੀਗੇ, 17 ਪੇਸ਼ੈਂਟ ਜਿਹੜੇ ਆ ਉਹ ਕੱਕਾ ਕੰਡਿਆਲਾ ਪਿੰਡ 'ਚ ਹੀ ਪਾਏ ਗਏ। ਉੱਥੇ ਅਸੀਂ ਸਪੈਸ਼ਲ ਅਵੇਅਰਨੈਸ ਕੈਂਪ ਜਿਹੜਾ ਉਹ ਵੀ ਲਗਾਇਆ। ਸਾਡੀਆਂ ਟੀਮਾਂ ਪ੍ਰੋਪਰ ਘਰ ਘਰ ਜਾ ਰਹੀਆਂ, ਸਾਰੇ ਸ਼ਹਿਰ ਸਾਰੇ ਇਲਾਕੇ ਦਾ, ਸਾਰੇ ਡਿਸਟ੍ਰਿਕਟ, ਜਿੱਥੇ ਜਿੱਥੇ ਵੀ ਡੇਂਗੂ ਦੇ ਪੇਸ਼ੈਂਟ ਹੋਏ ਆ। ਸਾਡੇ ਕੋਲ ਟੋਟਲ 35 ਦੇ ਆਸ ਪਾਸ ਜਿਹੜੇ ਅਰਬਨ ਏਰੀਆ ਪੇਸ਼ੈਂਟ ਹੋਏ ਆ, 40-45 ਨੇ ਜਿਹੜੇ ਰੂਰਲ ਏਰੀਆ 'ਚ, ਬਾਕੀ ਸਾਰੇ ਸ਼ਹਿਰ 'ਚ ਹੋਏ। ਉੱਥੇ ਅਸੀਂ ਘਰ ਘਰ ਜਾ ਕੇ ਸਪਰੇਅ ਕਰਾਉਂਦੇ ਹਾਂ, ਫੋਗਿੰਗ ਕਰਵਾਉਂਦੇ ਹਾਂ, ਆਲੇ ਦੁਆਲੇ ਸਰਵੇ ਕਰਾਉਂਦੇ ਹਾਂ।